ਦੋ ਹੀ ਸਨ ਚਾਚਾ ਪੁੱਤਰੇ ਜੇ, ਨਾਲ ਕੋਈ ਬੰਦੇ ਰੱਖ ਲੈਣ ਅਤੇ ਮੈਨੂੰ ਲੈ ਜਾਣਾ ਉਹ ਡੇਰੇ 'ਤੇ ਜਾ ਕੇ ਦੁੱਧ ਪਿਆਉਣਾ, ਫਿਰ ਉਹ ਪਿੰਡ ਚੁੱਕ ਲਿਆਉਣਾ ਆਪਣੇ ਘਰ ਕਹੋ। ਬਾਬਾ ਸੋਹਣ ਸਿੰਘ ਸੀ ਜੀ, ਉਹਦਾ ਪੁੱਤਰ ਜਿਹਾ ਸੀ ਕਰਤਾਰ ਜਿਉਣ ਸਿੰਘ, ਉਹਦੇ ਚਾਰ ਬੇਟੇ ਸਨ, ਚਾਰ ਪੁੱਤਰ। ਉਹ ਇੱਕੀ ਨਾਲ ਗਿਆਨ ਸੀ, ਇੱਕੀ ਨਾਲ ਖੇੜਾ ਸੀ, ਉਦੋਂ ਇਹ ਹੁੰਦਾ ਸੀ ਵੀ ਆਹ ਜਥਾ ਪਿਆ ਜੇ, ਆਹ ਝੋਆ ਗਾ ਜੇ। ਉਹਨਾਂ ਨੂੰ ਡਰ ਸੀ ਤੇ ਮੁਸਲਮਾਨਾਂ ਨੂੰ ਤਾਂ ਡਰ ਸੀ। ਪ੍ਰਣਾਮ। ਬੀਤੇ ਸਮੇਂ ਦੀਆਂ ਕਹਾਣੀਆਂ ਸਾਹਮਣੇ ਲਿਆਉਣ ਲਈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਕੱਕਾ ਕੋਲੂ, ਤਹਿਸੀਲ ਵਜ਼ੀਰਾਬਾਦ, ਜ਼ਿਲ੍ਹਾ ਗੁਜਰਾਂਵਾਲਾ। ਇਹ ਸਾਹਮਣੇ ਕੱਕਾ ਕੋਲੂ ਪਿੰਡ ਹੈ ਅਤੇ ਇਹ ਜਿਹੜਾ ਪਿਆ ਹੈ ਇਹ ਜਾਂਦਾ ਪਿਆ ਛੱਬੇ ਚੀਮੇ ਵੱਲ। ਕਣਕ ਦੀ ਫਸਲ ਲੱਗੀ ਹੈ ਇੱਥੇ ਅਤੇ ਤਹਿਸੀਲ ਵਜ਼ੀਰਾਬਾਦ ਦਾ ਜਿਹੜਾ ਇਲਾਕਾ ਹੈ ਇੱਥੇ 47 ਤੋਂ ਪਹਿਲਾਂ ਪੂਰੀ ਜਿਹੜੀ ਬੈਲਟ ਹੈ ਇਹ ਚੀਮੇ ਜੱਟਾਂ ਦੀ ਸੀ। ਅੱਜ ਕੱਲ੍ਹ ਵੀ ਇਹਨਾਂ ਪਿੰਡਾਂ ਦੇ ਵਿੱਚ ਚੀਮੇ ਮੁਸਲਮਾਨ ਨੇ ਅਤੇ ਇੱਥੇ ਇੱਕ ਬਜ਼ੁਰਗ ਨੇ, ਉਹਨਾਂ ਦੇ ਨਾਲ 47 ਦੇ ਵਾਲੇ ਨਾਲ ਅਸੀਂ ਹੁਣ ਗੱਲਬਾਤ ਕਰਾਂਗੇ ਅਤੇ ਉਹ ਉਹਨਾਂ ਨੂੰ ਜਾ ਕੇ ਮਿਲਨੇ ਆ। ਸਲਾਮ ਅਲੈਕੁਮ। ਕੀ ਨਾਂ ਹੈ ਤੁਹਾਡਾ? ਇਨਾਇਤ। ਇਨਾਇਤ, ਤੇ ਤੁਹਾਡੀ ਅੱਬਾ ਜੀ ਦਾ ਨਾਂ ਕੀ ਸੀ? ਉਹ ਮੈਂ ਨਹੀਂ ਪਤਾ, ਛੋਟੇ ਹੁੰਦਾ ਸੀ। ਹਾਂ, ਅੱਬਾ ਜੀ ਦਾ ਨਾਂ ਨਹੀਂ ਆਉਂਦਾ ਹੈ। ਠੀਕ ਹੈ, ਤੇ ਤੁਹਾਡੀ ਜ਼ਾਤ ਕੀ ਹੈ? ਚੀਮੇ। ਚੀਮੇ ਜੱਟ, ਸਹੀ। ਤੁਹਾਡਾ ਜਿਹੜਾ ਇਹ ਪਿੰਡ ਹੈ ਇਹਦਾ ਨਾਂ ਕੀ ਹੈ? ਕੱਕਾ। ਪੂਰਾ ਨਾਂ ਕੀ ਹੈ? ਕੱਕਾ ਕੋਲ। ਤੇ ਇਹਦੀ ਤਹਿਸੀਲ? ਤਹਿਸੀਲ ਵਜ਼ੀਰਾਬਾਦ। ਜ਼ਿਲ੍ਹਾ? ਕੁਹਰਾ। ਇਹਦੇ ਜਿਹੜੇ ਕੋਈ ਚਾਰ ਚੁਫੇਰੇ ਦੇ ਆਲੇ ਦੁਆਲੇ ਦੇ ਕੁਛ ਪਿੰਡ ਨੇ ਨਾ, ਮੈਨੂੰ ਉਹਨਾਂ ਦਾ ਨਾਮ ਦੱਸੋ ਥੋੜ੍ਹਾ ਜਿਹਾ। ਆਲੇ ਦੁਆਲੇ? ਹਾਂ, ਖੇਵੇ ਵਾਲੇ, ਜਿਉਣੇ ਵਾਲੇ, ਸਾਰੋ ਕੇ, ਪਠਾਨ ਕੇ, ਕਾਊ ਚੀਮਾ, ਆਮਦਾ ਨਗਰ, ਚੱਬਾ, ਕਾਲਿਆ, ਸ਼ੈਦਿਆ। ਅੱਛਾ, ਤੁਹਾਡੀ ਕਿੰਨੀ ਕੁ ਉਮਰ ਹੈ ਇਸ ਵੇਲੇ? ਉਮਰ ਮੇਰੀ ਜਿਹੜੀ ਹੈ ਨਾ, 90 ਦਾ ਕੋਈ ਘੱਟ ਹੀ ਹੈ ਕੋਈ। 90 ਤੋਂ ਕੋਈ 2-4 ਸਾਲ ਘੱਟ ਹੈ? ਘੱਟ ਹੈ। ਜਦੋਂ ਪਾਕਿਸਤਾਨ ਬਣਿਆ ਸੀ ਤੇ ਉਦੋਂ ਤੁਸੀਂ 10-12 ਸਾਲਾਂ ਦੇ ਹੈ ਸੋ? ਹਾਂ। ਤੁਹਾਨੂੰ ਯਾਦ ਹੈ ਉਹ ਸਾਰਾ ਕੁਛ? ਹਾਂ। ਤੁਹਾਡੇ ਇਸ ਪਿੰਡ ਦੇ ਵਿੱਚ ਕੱਕੇ ਦੇ ਵਿੱਚ 47 ਤੋਂ ਪਹਿਲਾਂ ਸਕੂਲ ਆਇਆ ਸੀ? ਸਕੂਲ? ਹਾਂਜੀ ਆਇਆ ਸੀ। ਕਿੰਨਵੀਂ ਤਾਈਂ ਸੀ? 5-4 ਸੀ ਕਿ 5 ਸੀ। ਤੁਸੀਂ ਸਕੂਲੇ ਪੜ੍ਹੇ ਸੋ ਕਿ ਨਹੀਂ ਉਦੋਂ? ਮੈਂ ਗਿਆ। ਅੱਛਾ, ਤੇ ਸਕੂਲੇ ਜਿਹੜਾ ਮਾਸਟਰ ਪੜ੍ਹਾਉਂਦਾ ਸੀ ਤੁਹਾਨੂੰ ਉਹਦਾ ਨਾਂ ਆਉਂਦਾ? ਆਉਂਦਾ। ਹਾਂ, ਕੌਣ ਸੀ? ਨਾਜ਼ਰ ਸ਼ਾਹ। ਨਾਜ਼ਰ ਸ਼ਾਹ? ਹਾਂ। ਕਿੱਥੋਂ ਦਾ ਸੀ? ਸਾਰੋ ਗਿਆ। ਸਾਰੋ ਕੀ ਚੀਮਿਆਂ ਦਾ? ਸਕੂਲ ਵਿੱਚ ਜਿਹੜੇ ਤੁਹਾਡੇ ਨਾਲ ਕੋਈ ਪਿੰਡ ਦੇ ਜਿਹੜੇ ਬਾਲ ਪੜ੍ਹਦੇ ਸਨ ਤੁਹਾਨੂੰ ਉਹਨਾਂ ਦਾ ਨਾਂ ਆਉਂਦਾ? ਉਹ ਵੇਖੋ, ਕੋਈ ਆਇਆ ਕੋਈ ਨਹੀਂ, ਕੋਈ ਜਿਹੜੇ ਨਾਂ ਆਉਂਦੇ ਨੇ ਨਾ ਤੁਹਾਨੂੰ, ਉਹ ਭਾਵੇਂ ਕੋਈ ਹੈ ਭਾਵੇਂ ਨਹੀਂ ਹੈ, ਉਹ ਨਾਂ ਦੱਸ ਦਿਓ ਮੈਨੂੰ ਥੋੜ੍ਹਾ। ਮੈਨੂੰ ਉਹਨਾਂ ਚੇਤਾ ਆ ਰਿਹਾ। ਨਹੀਂ ਰਿਹਾ ਹੈ ਨਾ? ਸਹੀ ਹੈ। ਮੈਂ 6 ਕੁ ਮਹੀਨਿਆਂ ਗਿਆ। ਹਾਂ, ਠੀਕ ਹੈ ਠੀਕ ਹੈ, ਸਹੀ। ਬਹੁਤਾ ਨਹੀਂ ਪੜ੍ਹੇ ਜਾਂ? ਹਾਂ, ਸਹੀ। ਅੱਛਾ, 47 ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਜ਼ਾਤ ਦੇ ਲੋਕ ਰਹਿੰਦੇ ਸਨ ਅਤੇ ਕਿਹੜੇ ਕਿਹੜੇ ਮਜ਼ਹਬ ਦੇ ਲੋਕ ਰਹਿੰਦੇ ਸਨ? ਲੁੱਟ ਮਾਰੋ ਪਿੱਛੇ? ਹਾਂ, ਪਹਿਲਾਂ ਜੀ, ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ। ਉਹ ਜਿਵੇਂ ਹੁਣ ਹੈ ਉਦੋਂ। ਹਾਂ, ਨਹੀਂ, ਸਿੱਖਾਂ ਦੇ ਪਿੰਡ 'ਚ ਘਰ ਆਇਆ ਸਨ? ਸਿੱਖ? ਹਾਂ ਜੀ। ਹਾਂ, ਅੰਦਾਜ਼ਨ ਕਿੰਨੇ ਕੁ ਘਰ ਸਨ? ਕੱਕੇ ਦੇ 2 ਘਰ ਸਨ ਜੀ, ਅਤੇ ਕੋਲੋ ਸਾਰੀ ਸਿੱਖਾਂ ਦੀ। ਕੋਲੋ ਸਾਰੀ ਸਿੱਖਾਂ ਦੀ ਸੀ। ਹਾਂ, ਅਤੇ ਇਹਨਾਂ ਸਿੱਖਾਂ ਦੇ ਵਿੱਚ ਜਿਹੜੇ ਕੋਈ
ਜਿਨ੍ਹਾਂ ਬੰਦਿਆਂ ਨੂੰ ਤੁਸੀਂ ਜਾਣਦੇ ਹੋ ਨਾ, ਮੈਨੂੰ ਉਹਨਾਂ ਦਾ ਨਾਂ ਦੱਸ ਦਿਓ। ਬਾਬਾ ਸੋਹਣ ਸਿੰਘ ਸੀ ਜੀ, ਉਹਦਾ ਪੁੱਤਰ ਯਾਰ ਸੀ ਕਰਤਾਰ, ਉਹ ਮੁੱਕੀ ਗੱਲ। ਉਹ ਇੱਕ ਖੂਹ 'ਤੇ ਸਨ। ਇਹਨਾਂ ਦਾ ਖੂਹ ਦਾ ਨਾਂ ਤੁਹਾਨੂੰ ਆਉਂਦਾ? ਖੂਹ ਦਾ ਨਾਂ ਹਾਂਜੀ ਭੈਂਸਿਆਂਵਾਲਾ। ਭੈਂਸਿਆਂਵਾਲਾ, ਠੀਕ ਹੈ। ਹੋਰ ਦੂਜੇ? ਦੂਜਾ ਜਿਹੜਾ ਸਿਰੀ ਸੀ ਉਹਦੇ ਨਾਲ ਸੀ, ਵੇਖੋ ਜੀ, ਜਿਉਣ ਸਿੰਘ। ਉਹਦੇ ਚਾਰ ਬੇਟੇ ਸਨ, ਚਾਰ ਪੁੱਤਰ। ਉਹ ਇੱਕ ਨਾਲ ਗਿਆਨ ਸੀ, ਇੱਕ ਨਾਲ ਖੇੜਾ ਸੀ। ਇਹਦੇ ਤੋਂ ਹਟ ਕੇ ਹੋਰ ਕੁਛ ਦਾ ਤੁਹਾਨੂੰ ਨਾਂ ਆਉਂਦਾ ਪਿੰਡ 'ਚੋਂ? ਹੋਰ ਜਿਹੜੇ ਪਿੰਡ ਸਨ, ਉਹ ਮੰਗਲ ਸਿੰਘ ਸੀ ਇੱਕ, ਇੱਕ ਦਾ ਨਾਂ ਨਹੀਂ ਆਉਂਦਾ। ਇੱਕ ਉਹ ਤੇ ਸਨ, ਅਤੇ ਕੌਲਕੀ ਜਿਹੜੇ ਸਨ, ਨਰਾਇਣ ਸਿੰਘ ਸੀ, ਨੱਥਾ ਸਿੰਘ ਸੀ। ਇਹ ਕੋਈ ਸੌਦਾਗਰ ਸਿੰਘ ਵੀ ਆਇਆ ਸੀ? ਇਹ ਨਹੀਂ ਪਤਾ। ਨਹੀਂ, ਤੁਸੀਂ ਕੱਲ੍ਹ ਆਉਂਦੇ ਸੁਣੋ ਵੀ ਕੋਈ ਸੌਦਾਗਰੀ ਸੌਦਾਗਰੀ ਉਹਨੂੰ ਆਉਂਦੇ ਸਨ, ਸੌਦਾਗਰ ਸੌਦਾਗਰੀ ਸੌਦਾਗਰੀ। ਹਾਂ, ਇਹ ਮੈਂ ਚੇਤਾ ਨਾ, ਮੈਂ ਵੇਖਿਆ ਹੋਇਆ ਬਸ ਚੇਤਾ। ਅੱਛਾ, ਅਤੇ ਇਹ ਜਿਹੜੇ ਸਿੱਖ ਸਨ, ਇਹਨਾਂ ਦੀ ਜਾਤ ਕਿਹੜੀ ਸੀ? ਜੱਟ ਸਨ, ਚੀਮੇ ਸਨ। ਉਹਨਾਂ ਦਿਨਾਂ ਦੇ ਵਿੱਚ ਪਿੰਡ ਦਾ ਨੰਬਰਦਾਰ ਕੌਣ ਸੀ? ਉਹਨਾਂ ਦਿਨਾਂ ਦੇ ਵਿੱਚ ਕੌਲ ਦਾ ਤਾਂ ਪਤਾ ਨਹੀਂ ਜੀ ਕਿਹੜਾ, ਕੱਕੇ ਦਾ ਪਤਾ। ਉਹਦਾ ਨਾਂ ਸੀ ਫਤਿਹ ਮੰਗ, ਚੀਮਾ ਸੀ ਉਹ ਵੀ। ਹਾਂਜੀ, ਠੀਕ। ਅਤੇ ਤੁਹਾਨੂੰ ਪਤਾ ਪਿੰਡ 'ਚ ਪੱਤੀਆਂ ਕਿੰਨੀਆਂ ਸਨ? ਪੱਤੀਆਂ? ਹਾਂਜੀ, ਚਾਰ। ਚਾਰ ਸਨ? ਤੁਹਾਨੂੰ ਪਤਾ ਕਿਹੜੀਆਂ ਕਿਹੜੀਆਂ ਸਨ? ਉਹ ਨਹੀਂ, ਚਾਰ ਹੀ ਨੇ। ਹਾਂ, ਕਿਹੜੀਆਂ ਕਿਹੜੀਆਂ? ਸਾਡੀ ਜਿਹੜੀ ਪੱਤੀ ਆ ਨਾ, ਹਾਂਜੀ, ਇਹ ਦੀਨ ਦੀ ਆਉਂਦੇ ਹਨ, ਦੀਨ ਦੀ ਪੱਤੀ, ਦੀਨ ਦੀ, ਠੀਕ ਹੈ। ਇੱਕ ਪੱਤੀ ਹੋਰ, ਉਹਦਾ ਨਾਂ ਉਹ ਨਹੀਂ ਪਤਾ। ਇੱਕ ਪੱਤੀ ਮੁਸਫਾ ਜੀ ਜੀ, ਇੱਕ ਪੱਤੀ ਹੈ ਵੜਕਰ ਜਾਂਦੇ। ਸਹੀ। ਅੱਛਾ, ਪਿੰਡ ਦੇ ਵਿੱਚ ਉਸ ਵੇਲੇ ਜਿਹੜੇ ਕੋਈ ਖੂਹ ਸਨ ਨਾ, ਜਿਵੇਂ ਇਹ ਖੂਹ ਆ, ਉਹ ਖੂਹ ਆ, ਇਹਨਾਂ ਖੂਹਾਂ ਦੇ ਉਦੋਂ ਨਾਂ ਹੁੰਦੇ ਸਨ, ਅਤੇ ਖੂਹਾਂ ਦਾ ਨਾਮ ਵੀ ਦੱਸ ਸਕਦੇ? ਹਾਂਜੀ, ਉਦੋਂ ਦੱਸਿਆ ਵੀ ਉਹ ਭੈਂਸਿਆਂਵਾਲਾ ਸੀ, ਭੈਂਸਿਆਂਵਾਲਾ। ਹੋਰ ਨਵਾਈਆਂ ਸੀ, ਤੋਤਾਂਵਾਲਾ, ਵਸਿੰਦਿਆ ਬਣਿਆ ਦਾ ਵੇਖੂ। ਹਾਂ, ਸਾਰੇ ਦੱਸ ਦਿਓ। ਬੋੜਿਆ, ਅੱਗੋਂ ਆ ਗਿਆ ਫਤਿਹਵਾਲਾ, ਅੱਗੋਂ ਆ ਗਿਆ ਬਲਗਣਾ, ਪਰਦਾਦ ਵਾਲਾ, ਚੂਹੇ ਵਾਲਾ, ਨਹਿਰ ਵਾਲਾ, ਫਤਿਹ ਚੰਦ ਵਾਲਾ, ਵੱਡਾ ਵੱਡਾ, ਬੋਰਿਆਂ ਵਾਲਾ, ਪੂਰਤਾ, ਤਤਲਿਆਂ ਵਾਲਾ। ਪਿੰਡ 'ਚ ਜਿਵੇਂ ਰਕਬਾ ਕਿਹਦਾ ਸੀ ਉਸੇ ਦੇ, ਚੋਖਾ ਜਿਹੜਾ ਭੋਏ ਮਰਲਾ ਸੀ, ਕਿਹਦਾ ਸੀ ਉਸੇ ਦੇ? ਪਿੰਡ 'ਚ ਉਹ ਇੰਨਾ ਫਰਕੋ ਫਰਕ ਹੀ ਲੱਗਿਆ। ਹਾਂਜੀ, ਲੰਬੜਦਾਰ ਜਿਹੜਾ ਸੀ ਉਹਦਾ ਕੋਈ 100-150 ਕਿੱਲਾ। ਹਾਂਜੀ, ਹੋਰ ਜਿਹੜੇ ਮੁਸਫਾ ਦੇ ਪੱਤੇ ਸੀ ਉਹਨਾਂ ਕੋਈ 100-150 ਕਿੱਲਾ ਕਿੱਲਾ ਆਉਂਦੇ ਸੀ, 100-150 ਕਿੱਲਾ, ਕਿਸੇ 100, ਕਿਸੇ ਵੱਧ, ਕਿਸੇ ਘੱਟ, ਆਂਜੇ ਫਰਕੋ ਫਰਕ। ਅੱਛਾ, ਉਸ ਵੇਲੇ ਜਿਹੜੇ ਬੱਚੇ ਬਾਲ ਹੁੰਦੇ ਸਨ ਪਿੰਡ ਦੇ ਵਿੱਚ, ਉਹ ਖੇਡਾਂ ਕਿਹੜੀਆਂ ਕਿਹੜੀਆਂ ਖੇਡਦੇ ਸਨ? ਉਹ ਖੇਡਾਂ ਖੇਡਦੇ ਰਹੇ ਹਾਂ, ਆ ਖਿੱਦੂ ਟਾਲਾ ਜਾਂ ਕੋਲ ਪਟਾਕੇ, ਹਾਂਜੀ, ਜਾਂ ਦਿਲ ਬਚਾ ਗਰਮੀਆਂ 'ਚ ਖੇਡਣਾ, ਹਾਂ ਹਾਂ, ਜਾਂ ਮੀਟੀ, ਹਾਂ, ਖੇਡਣੇ ਲੱਭਣਾ, ਹਾਂ ਹਾਂ, ਲੁਕਣ ਮੀਟੀ ਜਿਹਨੂੰ ਆਉਂਦੇ ਨੇ, ਹਾਂ ਹਾਂ, ਮੀਟੀ 5-6 ਮੁੰਡੇ ਰਲ ਜਾਂਦੇ ਹਨ, ਅਤੇ ਉਹ ਮੀਟੀ ਖੇਡੀਏ ਸ਼ਾਮੀ, ਹਾਂਜੀ, ਉਹ ਮੀਟੀ ਖੇਡਣਾ, ਉਹ ਜੇ ਕਿਸੇ ਲੱਭਣ ਲੱਗ ਪੈਣਾ, ਕਿਸੇ ਛੱਪਣ ਲੱਗ ਪੈਣਾ।
ਤੇ ਕੌਡੀ ਖੇਡੀ ਜਾਂਦੀ ਸੀ ਪਿੰਡ 'ਚ ਉਦੋਂ? ਕੌਡੀ ਖੇਡਦੇ ਕੌਣ ਕੌਣ ਕੌਡੀ ਖੇਡਦਾ ਸੀ? ਸਿੱਖ ਕੌਡੀ ਖੇਡਦੇ ਸਨ? ਮੈਂ ਨਹੀਂ, ਸਿੱਖ ਕੌਡੀ ਖੇਡਦੇ ਸਨ, ਕੌਡੀ ਅੱਠ ਦਸ ਜਣੇ ਉਦੋਂ ਕਿਹੜਾ ਖੇਡ ਆਏ, ਕਿਹੜਾ ਕੱਕੇ, ਕਿਹੜਾ ਸਾਰਾ ਪਈ ਰਹਿੰਦੀ, ਛਿੰਜ ਪੈਂਦੀ ਸੀ ਨਾ? ਹਾਂਜੀ, ਕੌਡੀ ਦਾ ਕੋਈ ਵਧੀਆ ਜਿਹੜਾ ਖਿਲਾੜੀ ਸੀ ਉਦੋਂ, ਅਤੇ ਉਹਦਾ ਤੁਹਾਨੂੰ ਨਾਂ ਆਉਂਦਾ? ਨਹੀਂ. ਹਾਂ, ਅੱਛਾ, ਉਦੋਂ ਇੱਥੇ ਕੱਕੇ ਵਿੱਚ ਜਾਂ ਫਿਰ ਆਲੇ ਦੁਆਲੇ ਦੀਆਂ ਪਿੰਡਾਂ 'ਚ ਮੇਲੇ ਲੱਗਦੇ ਸਨ ਨਾ ਉਦੋਂ? ਹਾਂ. ਕਿੱਥੇ ਕਿੱਥੇ ਮੇਲਾ ਲੱਗਦਾ ਸੀ ਜਿਹੜਾ ਤੁਹਾਨੂੰ ਜਿਹੜਾ ਯਾਦ ਹੈ? ਮੈਂ ਤਾਂ ਆਪਣਾ ਪਿੰਡ ਯਾਦ ਹੈ, ਇੱਥੇ ਮੇਲਾ ਸਾਉਣ ਭਾਦਰੇ ਲੱਗਦਾ, ਹੁਣ ਵੀ ਲੱਗਦਾ. ਹਾਂਜੀ, ਉਹ ਕਿਸੇ ਦਰਬਾਰ 'ਤੇ ਮੇਲਾ ਲੱਗਦਾ ਹੈਗਾ ਜਾਂ ਫਿਰ ਕੌਡੀ ਛੌਡੀ ਹੁੰਦੀ ਹੈ? ਅੱਛਾ, ਹਾਂ, ਸਾਰਾ ਕੁਝ ਮੇਲਾ ਲੱਗਦਾ. ਅੱਛਾ, ਸਹੀ. ਅੱਛਾ, ਜਿਹੜਾ ਸਾਡਾ ਇਲਾਕਾ ਇਹ ਹੈ, ਇੱਥੇ ਕੋਈ ਮੰਨਿਆ ਪਰਵਾਨਿਆ ਉਦੋਂ ਕੋਈ ਸਿੱਖਾਂ 'ਚੋਂ ਕੋਈ ਡਾਕੂ ਚੋਰ ਸ਼ੋਰ ਹੋਏ, ਤੁਸੀਂ ਉਹਦਾ ਨਾਂ ਸੁਣਿਆ ਹੋਏ? ਸਿੱਖ ਹੈ ਸਰ? ਹਾਂਜੀ, ਹੈ ਸਰ. ਤੁਸੀਂ ਕਿਸੇ ਦਾ ਨਾਂ ਸੁਣਿਆ? ਉਹ ਮੈਂ ਨਾਂ ਨਹੀਂ ਯਾਦ, ਐਸਾ ਬਸ ਚੋਰੀ ਲਾਹਮੇ ਕਰਦੇ ਹਨ, ਅਜੇ ਪਿੰਡ ਹੀ ਨਹੀਂ ਛੇੜਦੇ, ਜਿਵੇਂ ਅਦਾਰਾ ਸਿੰਘ ਸੀ ਬੈਂਕਿਆਂ ਵਾਲਾ. ਹਾਂਜੀ, ਹੈ ਸੀ, ਹਾਂ, ਮੈਂ ਸੁਣਿਆ ਉਹਦੇ ਬਾਰੇ 'ਚ. ਹਾਂ, ਅਤੇ ਉਹਦਾ ਕਿੰਨਾ ਕੁ ਨਾਮ ਵੱਜਦਾ ਸੀ ਇੱਥੇ ਉਦੋਂ? ਉਹ ਬੜਾ ਨਾਮ ਵੱਜਦਾ. ਆਪਣੇ ਇੱਥੇ ਪਿੰਡਾਂ ਦੇ ਵਿੱਚ ਕੋਈ ਗਾਉਣ ਸ਼ਾਉਣ ਵੀ ਅਲਾ ਵੀ ਬੰਦਾ ਆਇਆ ਸੀ ਗਾਉਣ? ਹਾਂਜੀ, ਅਜ਼ਮਤ ਮਰਾਸੀ ਸੀ, ਕੁਆਲ ਕੁਆਲੀ ਕਰਦਾ. ਹਾਂਜੀ, ਉਹ ਵੀ ਆਵਾ ਸੀ, ਉਹ ਦਰਾਂ 'ਚ ਆਵਾ ਸੀ ਜੀ. ਅਤੇ ਨਵਾਬ ਘੁਮਿਆਰ? ਹਾਂ, ਨਵਾਬ ਘੁਮਿਆਰ ਨੈਤ ਕੁਟੀਆ, ਉਹਨੂੰ ਕੋਈ ਸੱਦਦਾ ਸੀ ਤਾਂ ਆਉਂਦਾ ਸੀ? ਕੌਣ? ਬਾਬਾ ਨਵਾਬ ਨੂੰ, ਉਹਦਾ ਲੁਹਾਰ, ਲੁਹਾਰ ਆਉਂਦਾ ਸੀ ਆਸ਼ਕੋਸ਼ ਦਾ ਜੀ ਜੀ, ਐਸਾ ਗਾਉਣਾ. ਮੋਤੀਆਂ ਦੇ ਆਉਂਦੇ ਹਨ, ਉਹਦਾ ਕੀ ਆਉਂਦੇ ਨੇ ਉਹਦਾ ਨਵਾਂ ਨਹੀਂ ਪਤਾ. ਅੱਛਾ, ਕੁਛ ਮੋਚੀ ਵੀ ਗਾਉਂਦੇ ਹੁੰਦੇ ਸਨ? ਹਾਂ, ਘੁਮਿਆਰਾਂ ਦਾ ਕਲਾਲ ਆਉਂਦਾ ਸਨ. ਹਾਂਜੀ, ਸਹੀ. ਹੁਣ ਉਹ ਵੀ ਗੱਲ ਕੋਈ ਪਿੰਡ ਦੇ ਵਿੱਚ ਉਦੋਂ ਮਸੀਤਾਂ ਹੈ ਸਨ? ਮਸੀਤਾਂ? ਹਾਂਜੀ, ਹਾਂ, ਤਰੇ ਸਨ ਉਦੋਂ, ਉਦੋਂ ਤਰੇ ਸਨ, ਹੁਣ ਚਾਰ. ਅਤੇ ਗੁਰਦੁਆਰਾ ਵੀ ਕੋਈ ਹੈ ਸੀ ਉਹਨਾਂ ਦਾ? ਹੈ ਸੀ ਗੁਰਦੁਆਰਾ. ਅੱਛਾ, ਸਿੱਖਾਂ ਦੀ ਜਿਹੜੀ ਆਬਾਦੀ ਹੈ ਕੋਲੂ ਪਿੰਡ ਦੇ ਵਿੱਚ ਕਿਹੜੇ ਪਾਸੇ ਪੈਂਦੀ ਸੀ? ਪਾਸੇ ਚੜ੍ਹਦੇ ਪਾਸੇ, ਚੜ੍ਹਦੇ ਚੜ੍ਹਦੇ ਅਤੇ ਪਹਾੜ, ਚੜ੍ਹਦੇ ਅਤੇ ਪਹਾੜ ਵਾਲੇ ਪਾਸੇ. 47 ਤੋਂ ਪਹਿਲਾਂ ਉਹਨਾਂ ਲੋਕਾਂ ਦੇ ਪਿੰਡ ਦਿਆਂ ਮੁਸਲਮਾਨਾਂ ਦੇ ਨਾਲ ਕਿੰਨਾ ਕੁ ਪਿਆਰ ਪਹੁੰਚਾ ਸੀ ਆਪਸ ਵਿੱਚ ਇਹਨਾਂ ਦਾ, ਵਰੀ ਵਰਤਨ ਜਿਹੜਾ ਹੁੰਦਾ? ਉਹ ਆਪਣੋ ਆਪਣੇ ਗੱਲ ਹੁੰਦੇ ਸੀ, ਮੇਰਾ ਤੁਹਾਡੇ ਨਾਲ ਪਿਆਰ, ਤੁਹਾਡਾ ਮੇਰੇ ਨਾਲ ਹੋ ਗਿਆ. ਹਾਂਜੀ, ਬਸ ਉਹ ਰਾਜ ਨਹੀਂ. ਤੁਸੀਂ ਜਿਹੜਾ ਕਰਤਾਰ ਸਿੰਘ ਦਾ ਨਾਂ ਲਿਆ, ਅਤੇ ਇਹਦੇ ਬਾਰੇ ਵਿੱਚ ਕੁਛ ਦੱਸੋ ਮੈਨੂੰ. ਉਹ ਇਹ ਖੂਹ ਕੋਲ ਗੁਆਂਢੀ ਸਨ ਖੂਹਾਂ ਦੇ, ਅਤੇ ਉਹ ਲੱਗਿਆ ਆਉਣਾ ਜੀ, ਬੈਂਕ ਖਲੋ ਕੇ ਟੋ ਜਾਣਾ, ਜੋ ਪਿੰਡ ਜਾਣਾ, ਉਦੋਂ ਮਾਲ ਡੰਗਰ ਆਮ ਰੱਖਦਾ ਸੀ ਉਹ, ਅਤੇ ਦੋ ਹੀ ਸਨ ਚਾਚਾ ਪੁੱਤਰੇ, ਨਾਲ ਕੋਈ ਬੰਦੇ ਰੱਖ ਲੈਣ, ਅਤੇ ਮੈਨੂੰ ਲੈ ਜਾਣਾ ਉਹ ਡੇਰੇ 'ਤੇ ਜਾ ਕੇ ਦੁੱਧ ਪਿਆਉਣਾ, ਫਿਰ ਉਹ ਪਿੰਡ ਚੁੱਕ ਲਿਆਉਣਾ ਆਪਣੇ ਘਰ ਕਹੋ, ਫਿਰ ਉਹ ਫਿਰ ਦੁੱਧ ਪਿਆਉਣਾ, ਅਤੇ ਜਦੋਂ ਜਾਣ ਲੱਗਣਾ ਉਦੋਂ ਘਰ ਛੱਡ ਜਾਣਾ. ਤੁਹਾਡੇ ਨਾਲ ਉਹ ਇੰਨਾ ਪਿਆਰ ਕਰਦਾ ਸੀ? ਇੰਨਾ ਪਿਆਰ ਕਰਦਾ, ਉਹ ਆਉਂਦਾ, ਉਹ ਸੱਚੀ ਗੱਲ, ਉਹ ਆਉਂਦਾ ਪਿਆਰਾ ਹੀ ਬੜਾ ਲੱਗਦਾ. ਅਤੇ ਮਤਲਬ ਤੁਹਾਨੂੰ ਚੁੱਕੀ ਰੱਖਦਾ ਸੀ 24 ਘੰਟੇ? ਜਾ, ਉਹਦਾ ਆਪਣਾ ਬੱਚਾ ਆਇਆ ਸੀ ਕੋਈ? ਨਹੀਂ, ਕੋਈ ਨਹੀਂ ਸੀ. ਫਿਰ ਇਹ ਵੀ ਵਜ੍ਹਾ, ਭੈਣਾਂ ਉਹਦੀਆਂ ਭੈਣਾਂ ਦੋ ਆਏ ਸਨ ਜੀ, ਉਹਨਾਂ ਦੇ ਨਾਂ ਮਿਲਣੇ ਆਉਂਦੇ, ਉਹ ਪੱਠੇ ਗੁਜ਼ਰਦੀਆਂ ਹਨ. ਮਤਲਬ ਭਰਾ ਦੇ ਨਾਲ ਖੂਹ 'ਤੇ ਕੰਮ ਕਰਨਾ ਰਲ ਕੇ? ਅਤੇ ਬਾਬੇ ਸੋਹਣ ਸਿੰਘ ਦਾ ਉਹ ਪੁੱਤਰ ਯਾਦ ਸੀ, ਪੁੱਤਰ ਨਹੀਂ ਸੀ? ਸਹੀ ਹੈ,
ਕਰਤਾਰ ਸਿੰਘ ਜਿਹੜਾ, ਤੁਸੀਂ ਉਸ ਦੌਰ ਦੇ ਵਿੱਚ ਉਸ ਸਮੇਂ ਦੇ ਵਿੱਚ ਤੁਸੀਂ ਕੁਛ ਵਿਆਹ ਵੀ ਵੇਖੇ ਸਨ? ਵਿਆਹ? ਹਾਂਜੀ, ਉਦੋਂ ਵਿਆਹ ਕਿੰਝ ਦੇ ਹੁੰਦੇ ਸਨ? ਜੰਨਾ ਰਾਤਾਂ ਰਹਿੰਦੀਆਂ ਹੁੰਦੀਆਂ ਹਨ, ਹੁਣ ਤਾਂ ਸਾਰ ਦਿਹਾੜੀ ਲੱਗ ਗਿਆ ਚੌਥ ਲੱਗ ਗਿਆ। ਹਾਂਜੀ ਹਾਂਜੀ, ਸ਼ਾਮ ਦਾ ਜੰਨ ਟੁੱਕਣਾ ਅਤੇ ਅੱਗੋਂ ਪੱਤੇ ਤੋਂ ਪਿੱਛੇ ਵਿਜਿਆ ਹੋਣਾ। ਜੀ ਜੀ, ਅਤੇ ਖਾਣ ਪੀਣ ਕਿਵੇਂ ਦਾ ਹੁੰਦਾ ਸੀ ਵਿਆਹਾਂ ਦੇ ਵਿੱਚ? ਉਦੋਂ ਖਾਣ ਪੀਣ ਦੇਸੀ ਘਿਓ ਹੁੰਦਾ ਸੀ ਜੀ, ਮਿੱਟੀ ਦੇ ਭਾਂਡੇ ਪਿਆਜ਼ੀਆਂ ਬਣੀਆਂ ਹੁੰਦੀਆਂ ਹਨ, ਉਹਨਾਂ ਦੇ ਪਾ ਖਾਣ ਚੌਂਕੀ ਬਾਲ ਦੇਣੀ, ਚੌਲ ਹੋਣਾ, ਗੋਸ਼ਤ ਹੋਣਾ, ਰੋਟੀਆਂ ਹੋਣੀਆਂ। 47 ਫਿਰ ਜਦੋਂ ਆਇਆ ਸੀ, ਜਦੋਂ ਫਿਰ ਉਜਾੜੇ ਪਏ ਸਨ, ਅਤੇ ਤੁਹਾਨੂੰ ਯਾਦ ਹੈ ਉਦੋਂ ਪਿੰਡ ਦੇ ਵਿੱਚ ਕੀ ਹੋਇਆ ਸੀ ਫਿਰ? ਇੱਥੇ ਨਿਕਲਦੇ ਨਹੀਂ ਹਾਂ ਘਰਾਂ, ਮਤਲਬ ਇਹ ਕਿ ਕੋਈ ਡਰ ਪਿਆ ਗਿਆ ਸੀ ਕਿ ਬਾਈ ਪਤਾ ਨਹੀਂ ਕੋਈ ਜੱਥਾ ਨਾ ਆ ਜੇ ਨਾ ਛੜੇ ਇੰਜ, ਉਦੋਂ ਇਹ ਹੁੰਦਾ ਸੀ ਵੀ ਆਹ ਜੱਥਾ ਪਿਆ ਆ ਜੇ। ਹਾਂਜੀ, ਹਾਲ ਚੋ ਆ ਗਿਆ ਜੇ, ਜੇ ਉਹਨਾਂ ਨੂੰ ਡਰ ਸੀ ਤਾਂ ਮੁਸਲਮਾਨਾਂ ਨੂੰ ਤਾਂ ਡਰ ਹੈ। ਹਾਂਜੀ ਹਾਂਜੀ, ਬਿਲਕੁਲ। ਪਿੰਡ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਇੱਥੇ ਆ ਕੇ ਮਾਰਿਆ ਸ਼ੁਰ ਇਸ਼ਾਰਿਆ ਤਾਂ ਨਹੀਂ ਸੀ ਹੈ? ਨਹੀਂ, ਮਰੇ ਨੇ, ਮਰੇ ਸਨ ਕੁਛ ਬੰਦੇ, ਮਰੇ। ਤੁਹਾਨੂੰ ਪਤਾ ਕਿੱਥੋਂ ਦੇ ਬੰਦਿਆਂ ਨੇ ਆ ਕੇ ਉਹਨਾਂ ਨੂੰ ਮਾਰਿਆ ਸੀ? ਨਹੀਂ, ਪਿੰਡ ਦੇ ਵਾਲੇ ਨੇ ਲਾਮ ਦੇ ਕਿੱਥੇ ਆ, ਲੁੱਟ ਮਾਰ ਜੋ ਹੋ ਗਏ। ਹਾਂਜੀ, ਕੋਈ ਲਾਮ ਆ ਗਿਆ, ਕੋਈ ਪਿੰਡ ਦਾ ਆ ਗਿਆ। ਅੰਦਾਜ਼ਨ ਕਿੰਨੇ ਕੁ ਬੰਦੇ ਮਰੇ ਸਨ ਪਿੰਡ 'ਚ ਉਹਨਾਂ ਦੇ? ਇਹ ਨਹੀਂ ਪਤਾ, ਕੁਛ ਉਹਨੇ ਮਰੇ ਆਏ ਸਨ। ਹਾਂ, ਮਰੇ, ਲੋਕਾਂ ਮਾਰੇ ਸਨ। ਅਤੇ ਉਹਨਾਂ 'ਚ ਕੋਈ ਤੁਹਾਡਾ ਯਾਰ ਸ਼ਾਰ ਆਇਆ ਸੀ ਤੁਹਾਡੀ ਉਮਰ? ਨਹੀਂ ਨਹੀਂ, ਉਹਦੇ ਮਰੇ ਦੇ ਵਡੇਰੇ ਹੀ ਸਨ। ਜਿਹੜੇ ਉਹਨਾਂ ਦੇ ਸਿੱਖਾਂ ਦੇ ਮਰੇ ਸਨ ਉਹ ਵਡੇਰੇ ਹੀ ਸਨ? ਵਡੇਰੇ ਹੈ ਕਿਤੇ ਪਾਈ ਸਕਦੇ। ਹਾਂਜੀ, ਬਾਕੀ ਲੋਕ ਇੱਥੋਂ ਟੁਰ ਗਏ ਸਨ? ਹਾਂ, ਬਾਕੀ ਜਿੰਦੇ ਟੁਰ ਗਏ, ਚਾਹੇ ਰਾਤੋ ਰਾਤ ਕਾਰਨ, ਚਾਹੇ ਦਿਨੇ ਕਾਰਨ, ਮਾਲ ਡੰਗਰ ਕਾਰ ਛੱਡ ਗਿਆ। ਮਤਲਬ ਉਹਨਾਂ ਦੇ ਜਾਣ ਤੋਂ ਮਗਰੋਂ ਇੱਕ ਵਾਰ ਪਿੰਡ ਲੁੱਗਾ ਹੋ ਗਿਆ ਸੀ। ਆਹ, ਹੋ ਗਿਆ ਸੀ ਕੋਲੂ ਖਾਸ ਕਰਕੇ। ਹਾਂ, ਪਿੰਡ ਦੇ ਵਿੱਚ ਕੋਈ ਇਹੋ ਜਿਹੇ ਘਰ ਵੀ ਹੈ ਨੇ ਜਿਹੜੇ ਉਦੋਂ ਇੱਥੇ ਮੁਸਲਮਾਨ ਹੋ ਕੇ ਰਹਿ ਗਏ ਸਨ? ਇਹ ਸ਼ਰੀਫ ਹੀ ਰਹਿ ਗਿਆ ਸੀ ਜਿਹੜਾ ਉਦੋਂ। ਹਾਂਜੀ, ਇਹ ਰਹਿ ਗਿਆ ਸੀ, ਹੋਰ ਕੋਈ ਨਹੀਂ, ਇਕੱਲਾ ਹੀ ਰਿਹਾ ਸੀ। ਹਾਂ, ਸਹੀ, ਇਹਦਾ ਪਾਇ ਟੁੱਟ ਗਿਆ। ਹਾਂ, ਠੀਕ ਹੈ। ਇਹ ਇੱਥੇ ਇਹਦਾ ਮਰਲਾ ਕੋਈ ਨਹੀਂ ਜੀ, ਉਹ ਪਾਇ ਲੈ ਗਿਆ, ਉੱਤੋਂ ਹੀ ਟੁੱਟ ਗਿਆ। ਹਾਂ, ਜਾਂਦਾ ਆਉਂਦਾ ਸੀ। ਹੁਣ ਇਹ ਜਿਉਂਦਾ ਨਹੀਂ ਹੈ? ਨਹੀਂ, ਫੌਤ ਹੋ ਗਿਆ। ਫੌਤ ਹੋ ਗਿਆ। ਅਤੇ ਜ਼ਮਾਨਾ ਜਿਹੜਾ ਇਹ ਉਹ ਚੰਗਾ ਸੀ ਜਾਂ ਇਹ ਹੁਣ ਵਾਲਾ ਚੰਗਾ? ਜ਼ਮਾਨਾ ਤਾਂ ਉਹ ਹੀ ਚੰਗਾ ਸੀ। ਆਓ ਭਗਤ, ਉਦੋਂ ਆ ਦੌਲਤ ਮਗਰ ਬੰਦੇ ਨਹੀਂ ਹੁਣ ਪਾਈ ਰਹੇ, ਬੰਦਿਆਂ ਨਾਲ ਪਿਆਰ ਕਰਨਾ। ਜ਼ਮਾਨਾ ਉਹ ਹੀ ਚੰਗਾ ਸੀ, ਹੁਣ ਮੈਂ ਤੁਹਾਨੂੰ ਦਾ ਲਾਉਣਾ, ਤੁਸੀਂ ਮੈਨੂੰ ਪਹਿਲਾਂ ਪਿਆਰ ਸੀ, ਹੁਣ ਪਿਆਰ ਹੀ ਕਾਲਾ। ਅਤੇ ਜਿਹੜੇ ਲੋਕ ਇੱਥੋਂ ਗਏ ਨੇ ਸਿੱਖ ਉੱਠ ਕੇ, ਉਹਨਾਂ 'ਚੋਂ ਕਦੀ ਕੋਈ ਪਰਤ ਕੇ ਵਾਪਸ ਪਿੰਡ ਵੇਖਣ ਆਇਆ? ਬਾਬਾ ਸੋਹਣ ਸਿੰਘ ਦੋਵਰਾਂ ਆਇਆ, ਦੋਵਰ ਆਇਆ। ਹਾਂ, ਉਹਦੇ ਮਰਦੇ ਇੱਥੇ ਕਿਸੇ ਨੂੰ ਗਹਿਣੇ ਦਿੱਤੇ ਸਨ, ਅਤੇ ਪੈਸੇ ਤਾਰ ਗਿਆ ਸੀ ਤਾਂ ਜਿਵੇਂ ਫੱਕ ਨਹੀਂ ਸੀ ਹੋਈ, ਅਤੇ ਉਹ ਆਉਂਦਾ ਸੀ ਤਾਂ ਉਹਦਾ ਜਵਾਬ ਦੇ ਸੀ। ਉਹਨੂੰ ਇੱਥੋਂ ਫਿਰ ਕੁਛ ਲੱਭਾ ਸੀ ਕਿ ਨਹੀਂ? ਨਹੀਂ। ਜਦੋਂ ਇਹ ਇੱਥੋਂ ਗਏ ਸਨ ਤਾਂ ਉਦੋਂ ਕਰਤਾਰ ਫਿਰ ਤੁਹਾਨੂੰ ਜਾਂਦੀ ਯਾਰ ਮਿਲ ਕੇ ਗਿਆ ਸੀ ਕਿ ਉਂਝ ਹੀ ਜਾਨ ਵਿੱਚ ਆ ਕੇ ਰਾਤੋਂ ਰਾਤ ਨਿਕਲ ਗਏ ਸਨ? ਉਹ ਆਪਣਾ ਆਪਣੇ ਪਈ ਸੀ, ਕੌਣ ਮਿਲਦਾ ਸੀ। ਇਹ ਜਿਹੜੀ ਨਸਲ ਹੈ ਅੱਜ ਕੱਲ੍ਹ ਦੀ, ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ, ਇਹਨੂੰ ਜੇ ਕੋਈ ਸੁਨੇਹਾ ਦੇਣਾ ਚਾਹੋ ਤਾਂ ਕੀ ਆਖੋ? ਦੇ ਵਡੇਰਾ ਫਿਰ ਜਿਵੇਂ ਕੋਈ ਬਾਲਾਂ ਨੂੰ ਮੱਤ ਦਿੰਦਾ ਅਤੇ ਕੋਈ ਨਹੀਂ, ਉਹ ਇਹ ਜ਼ਮਾਨਾ ਨਹੀਂ ਹੁਣ ਮੱਤ ਦੇਣ ਵਾਲਾ ਜਾਂ ਕੋਈ ਲੈ, ਕੋਈ ਜ਼ਮਾਨਾ ਨਹੀਂ, ਅਗਲੇ ਉਲਟ ਸਮਝਦੇ ਨੇ। ਜਿਹੜੀ ਨਸਲ ਅਤੇ ਮਿੱਟੀ ਦੀ ਜਿਹੜੀ ਤਸੀਰ ਹੁੰਦੀ ਹੈ, ਮਿੱਟੀ ਦਾ ਜਿਹੜਾ ਅਸਰ ਹੁੰਦਾ ਹੈ, ਜੇ ਉਹਨੂੰ ਲਿਆ ਜਾਏ ਅਤੇ ਉਹ ਲੋਕ, ਉਹਨਾਂ ਲੋਕਾਂ ਦੇ ਬਾਰੇ ਤੁਸੀਂ ਕੀ ਆਖੋ ਦੇ ਕਿ ਉਹ ਚੰਗੇ ਲੋਕ ਸਨ ਜਿਹੜੇ ਇੱਥੋਂ ਉੱਠ ਕੇ ਗਏ ਨੇ? ਉਹ ਆ
ਤਾਂ ਕਿਸੇ ਦਾ ਪਤਾ ਨਹੀਂ। ਹਾਂਜੀ ਮੇਰੇ ਹਿਸਾਬ ਵਿੱਚ ਆਹ ਜਿਹੜੇ ਨੇ ਨਾ ਹੁਣ ਮਾਜਰ ਆਏ ਨੇ, ਹਾਂਜੀ ਇਹਨਾਂ ਨੂੰ ਸਿੱਖ ਚੰਗੇ ਆ, ਮਤਲਬ ਇਮਾਨਦਾਰ ਸਨ, ਉਹਨਾਂ ਦਾ ਵਰੀ ਵਰਤਨ, ਧੀ ਭੈਣ ਦੀ ਇੱਜ਼ਤ ਹਯਾ ਕਰਨੀ ਸਾਰਾ ਵਧੀਆ ਹੁੰਦਾ ਸੀ ਉਹਨਾਂ ਦਾ। ਗੱਲ ਜਿਹੜੀ ਕਰਦੇ ਹਨ ਉਹ ਪੂਰੀ ਕਰਦੇ ਹਨ। ਅਤੇ ਇਹ ਹੁਣ ਚੱਲੇ ਨਾ ਇੱਥੇ ਹੋਰ ਅਤੇ ਉੱਥੇ ਹੋਰ, ਹੇਰਾ ਫੇਰੀ ਜੀ, ਹੁਣ ਤਾਂ ਗੱਲ ਹੀ ਹੇਰਾ ਫੇਰੀ ਦੀ ਹੈ, ਸਹੀ ਗੱਲ ਕੋਈ ਨਹੀਂ ਕਿਹਾ ਕਰਨੀ। ਚਲੋ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਗੱਲਬਾਤ ਕੀਤੀ। ਮੋਗ ਗਿਆ ਕੰਮ, ਗੱਲ ਮਕਾਨ ਤੋਂ ਮਗਰੋਂ ਮੈਂ ਇਹ ਸੋਚਣ ਲੱਗ ਪਿਆ ਸਾਂ ਕਿ ਉਹ ਕਿੰਨਾ ਚੰਗਾ ਅਤੇ ਸਾਦਾ ਅਤੇ ਸੁਥਰਾ ਵੇਲਾ ਸੀ ਕਿ ਜਦੋਂ ਵੱਖੋ ਵੱਖ ਧਰਮਾਂ ਦੇ ਲੋਕ ਇਸ ਲਹਿੰਦੇ ਪੰਜਾਬ ਦੀ ਧਰਤੀ ਦੇ ਉੱਤੇ ਰਲ ਮਿਲ ਕੇ ਰਹਿੰਦੇ ਸਨ, ਖੁਸ਼ੀਆਂ ਮਨਾਉਂਦੇ ਸਨ, ਆਪਣਿਆਂ ਸੱਜਣਾਂ ਮਿੱਤਰਾਂ ਅਤੇ ਬੇਲੀਆਂ ਦੇ ਨਾਲ ਰਲ ਕੇ ਮੇਲੇ ਵੇਖਣ ਜਾਂਦੇ ਸਨ, ਇਹਨਾਂ ਰਾਹਾਂ ਦੇ ਉੱਤੇ ਤੁਰਦੇ ਫਿਰਦੇ ਸਨ ਅਤੇ ਇਹਨਾਂ ਪੈਲੀਆਂ ਦੇ ਵਿੱਚ ਹੀ ਉਹ ਡੰਗਰ ਚੁਗਾਉਂਦੇ ਹੁੰਦੇ ਸਨ ਰਲ ਮਿਲ ਕੇ। ਵੇਲਾ ਲੰਘਦਾ ਰਿਹਾ ਅਤੇ ਸੰਤਾਲੀ ਦੀ ਮਾਰ ਨੇ ਆ ਕੇ ਇਸ ਧਰਤੀ ਨੂੰ ਇਹੋ ਜਿਹੀ ਨਜ਼ਰ ਲਾਈ ਕਿ ਜਿਹਦੀ ਕੋਈ ਤਾਰੀਖ ਦੇ ਵਿੱਚ ਮਿਸਾਲ ਨਹੀਂ ਲੱਭਦੀ। ਹਾਂਜੀ, ਜਿਵੇਂ ਬਜ਼ੁਰਗਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਪਿੰਡ ਦਾ ਮੇਨ ਚੌੜਾ ਗਲਾ ਹੈ, ਇਹ ਕੋਲੋਂ ਪਿੰਡ ਹੈ ਅਤੇ ਉਹ ਸਾਹਮਣੇ ਜਿਹੜਾ ਚੌਕ ਹੈ ਉੱਥੋਂ ਲੱਗ ਕੇ, ਇਹ ਚੌਕ ਤੋਂ ਉਹ ਜਿੱਥੇ ਬੱਕਰੀ ਖਲੋਤੀ ਹੈ ਉੱਥੋਂ ਲੱਗ ਕੇ ਅਤੇ ਇੱਧਰ ਇਸ ਪਾਸੇ ਤਾਂ ਇਹ ਪਹਾੜ ਵਾਲਾ ਪਾਸਾ ਹੈ ਪਿੰਡ ਦਾ। ਅਤੇ ਇੱਥੇ ਜਿਹੜੇ ਸਾਹਮਣੇ ਕਾਰ ਨੇ ਇਹਨਾਂ ਤੋਂ ਉੱਪਰ ਆ ਅਤੇ ਉਸ ਚੌਕ ਤਾਂ ਹੀ ਇੱਧਰ ਇਸ ਪਾਸੇ ਜਿਹੜਾ ਉਹ ਵਣ ਤੋਂ ਪਹਿਲਾਂ ਕੋਲੋ ਦੀ ਆਬਾਦੀ ਹੁੰਦੀ ਸੀ ਅਤੇ ਇੱਥੇ ਸਿੱਖ ਚੀਮਿਆਂ ਦੇ ਘਰ ਸਨ ਉਸ ਵੇਲੇ। ਇਹ ਪਹਾੜ ਵਾਲਾ ਪਾਸਾ ਹੈ ਪਿੰਡ ਦਾ। ਇੱਥੇ ਬਾਹਰ ਵੱਲ ਇੱਕ ਪੁਰਾਣਾ ਕਬਰਸਤਾਨ ਹੈ ਉਸ ਵੇਲੇ ਦਾ, ਇਸ ਪਹਾੜ ਵਾਲੇ ਪਾਸੇ, ਅਤੇ ਬੰਦਾ ਅੰਦਾਜ਼ਾ ਕਰ ਸਕਦਾ ਹੈ ਕਿ ਹੁਣ ਆਬਾਦੀ ਕਿਸ ਪਾਸੇ ਹੋਏਗੀ ਉਦੋਂ। ਅਤੇ ਜਿਹੜਾ ਕੱਕਾ ਪਿੰਡ ਹੈ ਉਹ ਇਸ ਪਾਸੇ ਵੇ ਲਹਿੰਦੇ ਪਾਸੇ। ਇਸ ਪਾਸੇ ਨਾ ਉਸ ਸਾਹਮਣੇ ਇਹ ਕੱਕਾ ਹੈ, ਠੀਕ ਹੈ, ਇੱਧਰ ਇਸ ਪਾਸੇ ਜਿਹੜਾ ਇਹ ਕੋਲੂ ਹੈ ਉਸ ਪਾਸੇ ਕੱਕਾ ਹੈ ਸਾਹਮਣੇ। ਅਤੇ ਉਹ ਕਹਿੰਦੇ ਨੇ ਕਿ ਜਿਹੜਾ ਪੁਰਾਣਾ ਪਿੰਡ 'ਚ ਪੰਜਵੀਂ ਤਾਈਂ ਸਕੂਲ ਹੁੰਦਾ ਸੀ ਨਾ ਅਤੇ ਉਹ ਕੱਕੇ ਹੁੰਦਾ ਸੀ, ਉਹ ਜਿਹੜਾ ਸਾਹਮਣੇ ਮਨਾਰ ਦਿਸਦਾ ਹੈ ਪਿਆ ਉਹਦੇ ਕੋਲ ਉਹ ਸਕੂਲ ਹੈ, ਠੀਕ ਹੈ। ਅਤੇ ਇਸ ਪਾਸੇ ਜਿਹੜਾ ਕੋਲੂ ਸਾਰਾ ਪਿੰਡ ਇਸ ਪਾਸੇ ਵੀ ਹੋਣ ਜਿਵੇਂ ਮੈਨੂੰ ਬਜ਼ੁਰਗਾਂ ਨੇ ਦੱਸਿਆ। ਅਤੇ ਇੱਥੇ ਉਹ ਜਿੱਥੇ ਉੱਧਰ ਉਹ ਬਾਲ ਖੇਡਦੇ ਨੇ ਨਾ ਪਈ, ਉੱਥੇ ਉਹ ਪਿੱਛੇ ਜਿਹੜੇ ਰੁੱਖ ਦਿਸਦੇ ਨੇ ਵੀ ਉਹਨਾਂ ਦੇ ਚਿੱਟੇ ਜਿਹੇ ਘਰ ਦੇ ਨਾਲ, ਉੱਥੇ ਕਬਰਸਤਾਨ ਹੈ ਅਤੇ ਉਹ ਪੁਰਾਣਾ ਹੈ। ਤੁਸੀਂ ਸੋਚ ਸਕਦੇ ਹੋ ਕਿ ਹੁਣ ਮੈਂ ਇਸ ਵੇਲੇ ਕਿੱਥੇ ਖਲੋਤੇ ਹਾਂ ਪਿੰਡ ਦੇ ਵਿੱਚ, ਉਸ ਵੇਲੇ ਜਿਹੜੇ